ਆ ਵੇਖ ਲੈ ਰੱਬ ਦੇ ਰੰਗ ਹੋ ਚੱਲਿਆ, ਔਂਡ ਨਾ ਕੋਈ ਤੇਰਾ ਡੋਲਰ ਚੱਲਿਆ। ਆ ਵੇਖ ਲੈ ਰੱਬ ਦੇ ਰੰਗ ਹੋ ਚੱਲਿਆ। ਨਾ ਕੰਮ ਆਏ ਰੋਕਟ ਪਰਮਾਣੂ ਤੇਰੇ, ਨਾ ਕੰਮ ਆਈਆਂ ਬੰਬ ਬੰਦੂਕਾਂ। ਚਾਈਨਾ ਦੇ ਵਿੱਚ ਮਾਤਮ ਵਰਸਿਆ, ਇਟਲੀ ਵਿੱਚੋਂ ਵੀ ਸੁਣੀਆਂ ਕੂਕਾਂ। ਤੈਨੂੰ ਹੋਸ਼ ਅਜੇ ਵੀ ਨਾ ਆਇਆ ਜਲਿਆ। ਆ ਵੇਖ ਲੈ ਰੱਬ ਦੇ ਰੰਗ ਉਛਲਿਆ, ਪੌਂਡ ਨਾ ਕੋਈ ਤੇਰਾ ਡੋਲਰ ਚੱਲਿਆ। ਪੜ੍ਹ ਲੀਆਂ ਪੋਥੀਆਂ ਕਈ ਹਜ਼ਾਰਾਂ, ਸਮਝ ਨਹੀਂ ਪਾ ਰਹੀਆਂ ਕੁਝ ਵੀ ਸਰਕਾਰਾਂ। ਕਿੱਦਾਂ ਮੁਸੀਬਤ ਦਾ ਹੱਲ ਲੱਭੀਏ, ਮਾਨਵ ਜਾਤ ਨੂੰ ਸਾੜੀਏ ਜਾਂ ਦਬੀਏ। ਹਜੇ ਤੀਕ ਨਾ ਤੇਥੋਂ ਕਰੋਨਾ ਟਲਿਆ, ਆ ਵੇਖ ਲੈ ਰੱਬ ਦੇ ਰੰਗ ਉਛਲਿਆ, ਪੌਂਡ ਨਾ ਕੋਈ ਤੇਰਾ ਡੋਲਰ ਚੱਲਿਆ। ਆ ਵੇਖ ਲੈ ਰੱਬ ਦੇ ਰੰਗ ਉਛਲਿਆ। ਹਜੇ ਰੱਬ ਨੇ ਕਹਿਰ ਮਚਾਇਆ ਨਾ, ਆ ਤੈਨੂੰ ਥੋੜਾ ਜਿਹਾ ਸਮਝਾਇਆ ਵਾ। ਹੁਣ ਤੇ ਸੰਭਲ ਜਾ ਭਲਿਆ ਲੋਕਾ, ਘਰ ਵਿੱਚ ਬਹਿਣਾ ਵੀ ਤੈਨੂੰ ਲੱਗੇ ਔਖਾ, ਲੱਗਦਾ ਔਖਾ ਤੈਨੂੰ ਰਹਿਣਾ ਕੱਲਿਆ। ਆ ਵੇਖ ਲੈ ਰੱਬ ਦੇ ਰੰਗ ਉਛਲਿਆ, ਪੌਂਡ ਨਾ ਕੋਈ ਤੇਰਾ ਡੋਲਰ ਚੱਲਿਆ, ਪੌਂਡ ਨਾ ਕੋਈ ਤੇਰਾ ਡੋਲਰ ਚੱਲਿਆ। ਦੋਸਤੋ, ਮੇਰਾ ਤੁਹਾਨੂੰ ਸਾਰਿਆਂ ਨੂੰ ਇਸ ਛੋਟੀ ਜਿਹੀ ਕਵਿਤਾ ਰਾਹੀਂ ਇਹੀ ਕਹਿਣਾ ਹੈ ਕਿ ਪਲੀਜ਼ ਆਪਣੇ ਘਰਾਂ ਦੇ ਵਿੱਚ ਰਹੋ, ਸਰਕਾਰ ਦਾ ਸਾਥ ਦਿਓ। ਆ ਕਰੋਨਾ ਵਾਇਰਸ ਐਡੀ ਭਾਰੀ ਬਿਮਾਰੀ, ਐਡੀ ਭਾਰੀ ਮਹਾਂਮਾਰੀ, ਐਡੀ ਭਾਰੀ ਆਪਦਾ ਹੈ ਜਿਹੜੀ ਸਾਡੀ ਜਨਰੇਸ਼ਨ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚੀ ਹੋਊਗੀ। ਅਤੇ ਪਲੀਜ਼ ਸਰਕਾਰ ਦਾ ਸਮਰਥਨ ਕਰੋ, ਜਿੱਦਾਂ ਪ੍ਰਸ਼ਾਸਨ ਚਾਹੁੰਦਾ ਹੈ ਉਹਨਾਂ ਨਾਲ ਕੋਆਪਰੇਟ ਕਰੋ, ਤਾਂ ਜੋ ਇਸ ਬਿਮਾਰੀ ਨੂੰ ਜਲਦੀ ਤੋਂ ਜਲਦੀ ਕੰਟਰੋਲ ਵਿੱਚ ਲਿਆਇਆ ਜਾਏ। ਜੇ ਤੁਹਾਨੂੰ ਇਹ ਕਵਿਤਾ ਪਸੰਦ ਆਈ ਹੋਵੇ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰਨਾ, ਜ਼ਰੂਰ ਸੈਂਡ ਕਰਨਾ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਥੈਂਕ ਯੂ ਸੋ